ਗਿਆਨੀ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਪਹਿਲਾਂ ਸਰੰਗੀ ਵਜਾਉਣੀ ਸ਼ੁਰੂ ਕੀਤੀ ਜਾਂ ਫਿਰ ਬਣਾਉਣੀ ਸ਼ੁਰੂ ਕੀਤੀ? ਫਿਰ ਕੋਈ ਉਸਤਾਦ ਮੇਰੇ ਲੱਭ ਗਏ, ਅਜੈਬ ਸਿੰਘ ਚੰਦਨ, ਜੋ ਟੂਸਿਆਂ ਵਾਲੇ ਲੁਧਿਆਣੇ ਰਹਿੰਦੇ ਸੀ ਜੀ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸਾਨੂੰ ਸਰੰਗੀ ਸਿਖਾਓ। ਉਹ ਕਹਿੰਦੇ ਢੱਟ ਸਰੰਗੀ, ਫਿਰ ਉਹਨਾਂ ਤੋਂ ਮਰਜ਼ਾਦਾ ਕਰਕੇ ਸਾਦਿਸ਼ ਕਰਦੀ ਸੀ, ਉਹਨਾਂ ਕੋਲੋਂ ਵਜਾਉਣੀ ਸਿੱਖੀ। ਤਕਰੀਬਨ 9 ਮਹੀਨੇ 10 ਮਹੀਨੇ 'ਚ ਮੈਂ ਰਛਪਾਲ ਸਿੰਘ ਕਮਾਲ ਦੇ ਨਾਲ ਘੱਟ ਜਿੱਥੇ ਨਾਲ ਖੜ ਗਿਆ ਜੀ, ਸਿੱਧੀ ਜੀ ਵਜਾਉਣ ਲੱਗ ਗਿਆ। ਫਿਰ ਉਦੋਂ ਬਾਅਦ ਸਟੇਜਾਂ 'ਤੇ ਜਾਣੀ ਅਕਾਲ ਪੁਰਖ ਦੀ, ਤੁਹਾਡੇ 'ਤੇ 6ਵੇਂ ਪਾਤਸ਼ਾਹ ਦੀ ਬਖਸ਼ਿਸ਼ ਹੀ ਇਹ ਹੋਈ ਕਿ ਜਿਹੜੀਆਂ ਪਹਿਲੀਆਂ ਸਰੰਗੀਆਂ ਤੁਸੀਂ ਬਣਾਈਆਂ ਉਹ ਮਕਬੂਲ ਹੋ ਗਈਆਂ, ਪਹਿਲੀਆਂ ਪਸੰਦ ਆ ਗਈਆਂ ਸਾਰੀਆਂ, ਪਹਿਲੀਆਂ ਸਰੰਗੀਆਂ ਇਹ ਸਟੇਜਾਂ ਦੇ ਵਿੱਚ। ਵੱਡੀ ਗੱਲ ਇਹ ਸੀਗਾ, ਜੋ ਮੈਂ ਇੰਟਰਨੈਟ ਦਾ ਯੁੱਗ ਹੈ ਨਹੀਂ ਸੀ ਉਸ ਟਾਈਮ 'ਤੇ ਬਹੁਤਾ, ਜਦੋਂ ਮੈਂ ਰਛਪਾਲ ਸਿੰਘ ਮਾਲਣਾ ਪ੍ਰੋਗਰਾਮਾਂ 'ਤੇ ਜਾਂਦਾ ਸੀ ਔਰ ਮੇਰੇ ਕੋਲ ਆਪਦੇ ਕੋਲ ਆਪਦੀ ਬਣੀ ਹੋਈ ਸਰੰਗੀ। ਅਤੇ ਤੁਸੀਂ ਫਿਰ ਜਿਹੜਾ ਸਰੰਗੀਆਂ ਦੇ ਨਾਲ ਨਾਲ ਢੱਡਾਂ ਵੀ ਬਣਾਈਆਂ, ਢੱਡਾਂ ਵੀ ਹੋ, ਢੱਡਾਂ ਕਦ ਤੋਂ ਸ਼ੁਰੂ ਕੀਤੀ? ਜਿਹੜੀ ਤੁਸੀਂ ਸਾਜ ਦੀ ਆਵਾਜ਼ ਬਣਾਉਂਦੇ ਹੋ ਉਹਦਾ ਕੀ ਹਿਸਾਬ ਕਿਤਾਬ ਹੁੰਦਾ? ਉਹ ਕਿੱਦਾਂ ਸਾਜ ਦੀ ਆਵਾਜ਼ ਬਣਦੀ ਹੈ, ਤੁਸੀਂ ਉਹਦੀ ਸ਼ੇਪ ਕਿੰਨੀ ਰੱਖਦੇ ਹੋ, ਉਹਦੀ ਗੁਲਾਈ ਸਾਜ ਦੀ, ਦੌਰੀ ਦੀ ਗੁਲਾਈ ਜਾਂ ਚੌੜਾਈ ਸਾਜ ਦਾ ਦੀ ਲੈਂਥ ਲੰਬਾਈ ਕਿੰਨੀ ਹੈ, ਇਹ ਸਾਰੀਆਂ ਚੀਜ਼ਾਂ ਮਿਲਾ ਕੇ ਕੁਝ ਹੁੰਦਾ ਜਾਂ ਕਿੱਦਾਂ ਤੁਸੀਂ ਤਿਆਰ ਕਰਦੇ ਹੋ? ਤੁਹਾਡਾ ਸਾਜ ਦੀ ਦਿੱਖ ਵੀ ਅਲੱਗ ਹੈ, ਰੰਗ ਵੀ ਅਲੱਗ ਹੈ ਅਤੇ ਇਹਦਾ ਵੱਜ ਵੀ ਅਲੱਗ ਹੈ, ਅਤੇ ਤੁਸੀਂ ਸਰੰਗੀਆਂ ਕਿੰਨੀ ਕਿਸਮ ਦੀਆਂ ਬਣਾਉਂਦੇ ਹੋ? ਕਿ ਜਿਹੜੀ ਜੂੜੇ ਵਾਲੀ ਸਰੰਗੀ ਹੈ ਉਹਦਾ ਟੋਟੇ ਨਾਲੋਂ ਜਾਂ ਬਾਕੀ ਸਾਜਾਂ ਨਾਲੋਂ ਕੀ ਫਰਕ ਹੁੰਦਾ? ਸਿਰਫ ਦਿੱਖ ਦਾ ਹੀ ਫਰਕ ਹੈ ਜਾਂ ਕੋਈ ਆਵਾਜ਼ ਦੇ ਵਿੱਚ ਵੀ ਫਰਕ ਹੁੰਦਾ? ਟੋਟਾ ਸਰੰਗੀ ਫੜਨੀ ਵੀ ਸੌਖੀ ਆ ਜੀ, ਕੰਟਰੋਲ ਆ ਜਾਂਦੀ ਹੈ ਖੜ ਕੇ ਜੀ, ਔਰ ਇਹਦੇ ਤਾਰਾਂ ਦਾ ਜਿਹੜਾ ਹੈਗਾ ਉੱਪਰ 12 ਜਾਂ 10 11 10 ਵੀ ਲਾਉਂਦੇ ਹਾਂ, 11 12 ਸਾਈਡ 'ਤੇ 15 ਤਾਰਾਂ ਦੀ ਇੱਕੋ ਜ਼ਿਆਦਾ ਬਣੀ। ਚੌਥੀ ਕਿਸਮ ਕਿਹੜੀ ਹੈ? ਉਹ ਕਲਾਸੀਕਲ ਜਿਹੜੀ ਪ੍ਰੋਫੈਸ਼ਨਲ ਪਿਓਰ ਕਲਾਸੀਕਲ ਰਾਗਾਂ ਵਾਲੀ ਜਿਹ 'ਚ ਪੱਕੇ ਰਾਗ ਵੱਜਦੇ ਆ ਜੀ, ਜਿਹੜੇ ਉਹਦੇ ਗਜ ਨੂੰ ਜਿਹੜਾ ਉਹਦੇ 'ਤੇ ਫਿਰਦਾ ਉਹਨੂੰ ਘੂਗੂ ਵੀ ਨਹੀਂ ਹੁੰਦੇ ਜੀ। ਹਾਂਜੀ, ਉਹ ਆਹ ਸਰੰਗੀ ਪਈ ਹੈ ਜੀ, ਇਹ ਸਰੰਗੀ ਪਿਓਰ ਕਲਾਸੀਕਲ। ਅੱਛਾ ਗਿਆਨੀ ਜੀ, ਜਿਹੜੀ ਸਰੰਗੀ ਦੀ ਮਿਆਦ ਹੈ ਸਾਜ ਦੀ, ਉਹ ਔਸਤਨ ਜਿਹੜੀ ਮਿਆਦ ਉਹ ਕਿੰਨੇ ਕੁ ਸਾਲ ਸਰੰਗੀ ਚੱਲਦੀ ਰਹਿੰਦੀ ਹੈ? ਤੁਹਾਨੂੰ ਲੱਗ ਰਿਹਾ ਹੈ ਕਿ ਜਦੋਂ ਤੋਂ ਤੁਸੀਂ ਸਰੰਗੀ ਬਣਾਉਣੀ ਸ਼ੁਰੂ ਕੀਤੀ ਹੈ ਅੱਜ ਤੱਕ ਜਿਹੜੀ ਤੁਹਾਡੀ ਸਰੰਗੀਆਂ ਵਿਕਣ ਦੀ ਦਰ ਹੈ ਉਹਦੇ ਵਿੱਚ ਕੋਈ ਕਮੀ ਪੇਸ਼ੀ ਆਈ ਜਾਂ ਉਹਦੇ ਵਿੱਚ ਕੋਈ ਕਿੰਨਾ ਕੁ ਵਾਧਾ ਹੋਇਆ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕੀਏ? ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਜਗਦੇਵ ਸਿੰਘ ਜਾਚਕ ਹਾਜ਼ਰ ਹਾਂ ਪ੍ਰੋਗਰਾਮ ਵਿਰਾਸਤੀ ਰੰਗ ਲੈ ਕੇ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਜ਼ਿਲ੍ਹੇ ਦੇ ਸਰਮੌਰ ਨਗਰ ਬੋਪਾ ਰਾਏ ਕਲਾਂ ਵਿੱਚ ਅਤੇ ਅਸੀਂ ਇਸ ਵਕਤ ਬੈਠੇ ਹਾਂ ਗੁਰੂ ਨਾਨਕ ਮਿਊਜ਼ੀਕਲ ਵਰਕਸ ਵਿੱਚ, ਜਿੱਥੇ ਸਾਡੇ ਨਾਲ ਨੇ ਗਿਆਨੀ ਪ੍ਰੀਤਮ ਸਿੰਘ ਜੀ ਬੋਪਾ ਰਾਏ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਾਣ ਕੇ ਬੜੇ ਹੈਰਾਨ ਵੀ ਹੋਵੋਗੇ ਅਤੇ ਖੁਸ਼ ਵੀ ਹੋਵੋਗੇ ਕਿ ਸਰੰਗੀ ਵਾਦਕ ਹੀ ਨਹੀਂ ਗਿਆਨੀ ਪ੍ਰੀਤਮ ਸਿੰਘ ਬੋਪਾ ਰਾਏ ਖੁਦ ਸਰੰਗੀਆਂ ਅਤੇ ਢੱਡਾਂ ਬਣਾਉਣ ਦੀ ਵਿਸ਼ੇਸ਼ ਮੁਹਾਰਤ ਰੱਖਦੇ ਨੇ ਅਤੇ ਉਹਨਾਂ ਦੇ ਬਣਾਏ ਹੋਏ ਸਾਜ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਮਹਾਨ ਸਰੰਗੀ ਵਾਦਕ ਅਤੇ ਵਧੀਆ ਉੱਚ ਕੋਟੀ ਦੇ ਢਾਡੀ ਵਜਾਉਣਾ ਪਸੰਦ ਕਰਦੇ ਨੇ। ਆਓ ਗਿਆਨੀ ਜੀ ਦੇ ਨਾਲ ਆਪਾਂ ਕੁਝ ਗੱਲਾਂ ਬਾਤਾਂ ਕਰਾਂਗੇ। ਗਿਆਨੀ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਪਹਿਲਾਂ ਸਰੰਗੀ ਵਜਾਉਣੀ ਸ਼ੁਰੂ ਕੀਤੀ ਜਾਂ ਫਿਰ ਬਣਾਉਣੀ ਸ਼ੁਰੂ ਕੀਤੀ? ਪਹਿਲਾਂ ਮੈਨੂੰ ਛੋਟਿਆਂ ਹੁੰਦੇ ਹੀ ਪੜ੍ਹਦਿਆਂ ਹੀ ਮੈਨੂੰ ਸ਼ੌਕ ਸੀਗਾ ਢਾਡੀ ਸੁਣਨ ਦਾ ਜੀ, ਢਾਡੀ ਸੁਣ ਕੇ ਬੜਾ
ਇੱਕ ਅੰਦਰ ਇੰਟਰਸਟ ਪੈਦਾ ਹੁੰਦਾ ਸੀ ਕਿ ਮੈਂ ਹੋਰ ਥੋੜ੍ਹਾ ਵੱਡਾ ਹੋ ਕੇ ਜੀ ਮੈਂ ਸਰੰਗੀ ਵਜਾਉਣੀ ਸਿੱਖੂੰਗਾ ਜੀ। ਬਣਾਉਣ ਦਾ ਮਨ ਦੇ ਵਿੱਚ ਕੋਈ ਫੁਰਨਾ ਨਹੀਂ ਸੀਗਾ ਜੀ ਜੀ। ਫਿਰ ਚੰਗੇ ਸਰੰਗੀ ਮਾਸਟਰ ਸਟੇਜਾਂ 'ਤੇ ਜਾਂਦੇ ਰਹੇ, ਉਹਨਾਂ ਨੂੰ ਕਹਿੰਦੇ ਰਹੇ ਸਿਖਾਓ ਸਾਨੂੰ, ਕਈ ਮੰਨੇ ਨਹੀਂ। ਚਲੋ ਫਿਰ ਕੋਈ ਉਸਤਾਦ ਮੇਰੇ ਲੱਭ ਗਏ, ਅਜੈਬ ਸਿੰਘ ਚੰਦਨ ਜੋ ਟੂਸਿਆਂ ਵਾਲੇ ਲੁਧਿਆਣੇ ਰਹਿੰਦੇ ਸੀ ਜੀ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸਾਨੂੰ ਸਰੰਗੀ ਸਿਖਾਓ। ਉਹ ਕਹਿੰਦੇ ਢੱਡ ਸਰੰਗੀ, ਫਿਰ ਉਹਨਾਂ ਤੋਂ ਮਰਜ਼ਾਦਾ ਕਰਕੇ ਉਸਤਾਦੀ ਸ਼ਗਿਰਦੀ ਦੀ ਜੀ ਉਹਨਾਂ ਕੋਲੋਂ ਵਜਾਉਣੀ ਸਿੱਖੀ ਜੀ। ਉਹਨਾਂ ਨੇ ਫਿਰ ਇਹ ਪ੍ਰੇਰਨਾ ਕੀਤੀ ਵਜਾਉਂਦੇ ਵੀ ਤੁਸੀਂ ਬਣਾਓ ਵੀ ਜੀ। ਪਹਿਲਾਂ ਵਜਾਉਣੀ ਸਿੱਖੀ, ਥੋੜ੍ਹੀਆਂ ਸਟੇਜਾਂ ਲਾਈਆਂ, ਫਿਰ ਉਹ ਕਹਿੰਦੇ ਰਹੇ ਆ ਕੇ ਵੀ ਤੁਸੀਂ ਬਣਾਉਣ ਦਾ ਜਿਹੜਾ ਤੁਸੀਂ ਮਿਸਤਰੀ ਹੋ ਰਾਮ ਗੜੀਏ, ਲੱਕੜੀ ਲੋਹੇ ਦਾ ਕੰਮ ਵੀ ਕਰਦੇ ਹੋ ਜੀ। ਪਹਿਲਾਂ ਮੈਂ ਮੰਨਿਆ ਨਹੀਂ ਕਿ ਮੈਂ ਬਣਾ ਨਹੀਂ ਸਕਦਾ, ਬਰੀਕੀ ਕੰਮ ਆ ਬਹੁਤ ਜੀ ਜੀ, ਮੁਸ਼ਕਲ ਆਉਣਗੀਆਂ। ਚਲੋ ਉਹਨਾਂ ਦੇ ਕਹਿਣ 'ਤੇ ਇੱਕ ਸਰੰਗੀ ਦੀ ਲੱਕੜ ਲਿਆ ਕੇ ਉਹਨੂੰ ਖੋਦ ਕੇ, ਇਹ ਹੁੰਦੀ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੀ ਹੈ ਜੀ, ਬੰਦਾ ਤਾਂ ਕੁਛ ਕਰ ਨਹੀਂ ਸਕਦਾ ਜੀ ਜੀ। ਉਹਨਾਂ ਦੇ ਉਸਤਾਦਾਂ ਦੀ ਪ੍ਰੇਰਨਾ ਦਾ ਸਦਕਾ ਫਿਰ ਮੈਂ ਇੱਕ ਪੀਸ ਬਣਾਇਆ ਜੀ, ਇੱਕ ਪੀਸ ਬਣਾ ਕੇ ਉਹਨਾਂ ਨੂੰ ਦਿਖਾਇਆ ਟਾਹਲੀ ਦਾ ਜੀ। ਉਹ ਬੜੇ ਹੈਰਾਨ ਹੋਏ ਕਿ ਬਣਿਆ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਜੀ, ਵੀ ਇਹਨੂੰ ਹੋਰ ਇੱਕ ਵਾਰ ਚਮੜਾ ਪੱਟ ਕੇ ਦੁਬਾਰੇ ਹੱਥ ਫੇਰੀ ਕਰਕੇ ਥੋੜ੍ਹੀ ਸ਼ੁੱਧਤਾ ਹੋਰ ਲਿਆਓ ਜੀ। ਫਿਰ ਉਹ ਦੁਬਾਰੇ ਬਣਾ ਕੇ ਦਿਖਾਇਆ, ਫਿਰ ਉਹ ਕਹਿੰਦੇ ਹੁਣ ਤੁਣ ਦੀ ਸਰੰਗੀਆਂ ਬਣਾਓ ਇੱਕ ਦੋ ਜੀ, ਬਸ ਇੱਦਾਂ ਹੀ ਬਣਾਉਣੀ ਸ਼ੁਰੂ ਕੀਤੀ। ਯਾਨੀ ਪਹਿਲਾਂ ਵਜਾਉਣੀ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਵਜਾਉਣ ਦੇ ਨਾਲ ਨਾਲ ਬਣਾਉਣੀ ਸ਼ੁਰੂ, ਬਣਾਉਣ ਦਾ ਵੀ ਕੰਮ ਤੋਰ ਲਿਆ 6 ਮਹੀਨੇ ਬਾਅਦ ਹੀ ਜੀ। ਇਹ ਲਗਭਗ ਕਿੰਨੀ ਦੇਰ ਤੋਂ ਤੁਸੀਂ, ਕਿੰਨੇ ਸਾਲ ਤੋਂ ਇਹ ਬਣਾਉਣ ਦਾ ਕੰਮ ਕਰਦੇ ਆ? 1990 ਦੇ ਵਿੱਚ ਮੈਂ ਉਹਨਾਂ ਕੋਲ ਸਿੱਖਣ ਗਿਆ ਸੀ, 1993 'ਚ ਇੱਕ ਸਾਲ, ਇੱਕ ਵੀਕ ਬਾਅਦ ਮੈਂ ਉਹਨਾਂ ਦੇ ਇੱਕ ਹਫ਼ਤੇ ਬਾਅਦ ਜਾਂਦਾ ਸੀ ਜੀ ਸਬਕ ਲੈਣ ਲਈ। ਤਕਰੀਬਨ 9 ਮਹੀਨੇ 10 ਮਹੀਨੇ 'ਚ ਮੈਂ ਰਿਸ਼ਪਾਲ ਸਿੰਘ ਪਮਾਲ ਦੇ ਨਾਲ ਢਾਡੀ ਜਿੱਥੇ ਨਾਲ ਖੜ ਗਿਆ ਜੀ, ਸਿੱਧੀ ਜੀ ਵਜਾਉਣ ਲੱਗ ਗਿਆ। ਫਿਰ ਉਦੋਂ ਬਾਅਦ ਸਟੇਜਾਂ 'ਤੇ ਜੀ ਹੋਰ ਐਕਸਪੀਰੀਅੰਸ ਹੁੰਦਾ ਜਾਂਦਾ, ਉਦੋਂ ਬਾਅਦ ਫਿਰ ਬਣਾਉਣ ਦਾ 91 'ਚ ਮੈਂ ਬਣਾਉਣੀ ਸ਼ੁਰੂ ਕੀਤੀ ਹੈ ਜੀ। 92 'ਚ ਮੈਂ 3-4 ਸਰੰਗੀਆਂ ਬਣਾਤੀਆਂ ਸੀ ਜੀ। ਫਿਰ ਉਹ ਜਿੱਥੇ ਜਿੱਥੇ ਗਈਆਂ ਉਹਨਾਂ ਦੇ ਨਾਲ ਫਿਰ ਹੋਰ ਵੀ ਲੋਕਾਂ ਨੂੰ ਹੋਇਆ ਵੀ ਇਹ ਸਾਜ਼ ਵਧੀਆ, ਉਹਨਾਂ ਕੋਲ ਅਸੀਂ ਹੋਰ ਬਣਵਾਉਂਦੇ ਹਾਂ। ਜਾਣੀ ਅਕਾਲ ਪੁਰਖ ਦੀ ਤੁਹਾਡੇ 'ਤੇ 6ਵੇਂ ਪਾਤਸ਼ਾਹ ਦੀ ਬਖਸ਼ਿਸ਼ ਹੀ ਇਹ ਹੋਈ ਕਿ ਜਿਹੜੀਆਂ ਪਹਿਲੀਆਂ ਸਰੰਗੀਆਂ ਤੁਸੀਂ ਬਣਾਈਆਂ ਉਹ ਮਕਬੂਲ ਹੋ ਗਈਆਂ, ਪਹਿਲੀਆਂ ਪਸੰਦ ਆ ਗਈਆਂ, ਪਹਿਲੀਆਂ ਸਰੰਗੀਆਂ ਹੀ ਸਟੇਜਾਂ 'ਤੇ ਵੱਜੀਆਂ ਜੀ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਨਾਲ। ਫਿਰ ਜਦ ਤੁਹਾਡੀਆਂ ਇਹ ਸਰੰਗੀਆਂ, ਕਿਉਂਕਿ ਉਸ ਵਕਤ ਜਿਹੜਾ ਅੱਜ ਵਰਗਾ ਯੁੱਗ ਨਹੀਂ ਸੀ, ਅੱਜ ਅਸੀਂ ਕੈਮਰੇ ਦੇ ਅੱਗੇ ਬੈਠੇ ਹਾਂ, ਬਿਲਕੁਲ ਜੀ, ਅੱਜ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੇਖ ਰਹੀਆਂ ਨੇ, ਠੀਕ ਹੈ, ਪਰ ਉਸ ਵਕਤ ਗਿਆਨੀ ਪ੍ਰੀਤਮ ਸਿੰਘ ਬੋਪਾ ਰਾਏ ਤੱਕ ਸਾਜ਼ੀਆਂ ਨੇ, ਸਰੰਗੀ ਮਾਸਟਰਾਂ ਨੇ, ਢਾਡੀਆਂ ਨੇ ਕਿੱਦਾਂ ਪਹੁੰਚ ਕੀਤੀ? ਕਿੰਨੀ ਕੁ ਦੇਰ ਬਾਅਦ ਤੁਹਾਡੀ ਸਰੰਗੀ ਪ੍ਰਸਿੱਧ ਹੋ ਗਈ? ਤੁਹਾਡੇ ਸਾਜ਼ ਕਿੰਨੀ ਕੁ ਦੇਰ ਤੱਕ ਪ੍ਰਸਿੱਧੀ ਹਾਸਲ ਕਰ ਗਏ? ਵੱਡੀ ਗੱਲ ਇਹ ਸੀਗਾ ਜੋ ਮੈਂ ਇੰਟਰਨੈਟ ਦਾ ਯੁੱਗ ਹੈ ਨਹੀਂ ਸੀ ਉਸ ਟਾਈਮ 'ਤੇ ਬਹੁਤਾ, ਜਦੋਂ ਮੈਂ ਰਿਸ਼ਪਾਲ ਸਿੰਘ ਪਵਾਲਣਾ ਪ੍ਰੋਗਰਾਮਾਂ 'ਤੇ ਜਾਂਦਾ ਸੀ ਔਰ ਮੇਰੇ ਕੋਲ ਆਪਦੇ ਕੋਲ ਆਪਦੀ ਬਣੀ ਹੋਈ ਸਰੰਗੀ ਸੀ ਜੀ, ਵੱਡੀ ਗੱਲ। ਉਹ ਜਦੋਂ ਸਰੰਗੀਆਂ ਨੂੰ ਲੋਕ ਦੇਖਦੇ ਸੀਗੇ ਕਹਿੰਦੇ ਮੈਂ ਵੀ ਇੱਕ ਪੁਰਾਣੀ ਜੀ ਨਾਲ ਵਜਾਉਣਾ, ਜੇ ਮੈਨੂੰ ਕਿਤੋਂ ਨਵੀਂ ਵੀ ਉਸਤਾਦ ਆਨੰਦ ਲਾ ਲਓ, ਕੋਈ ਅੰਤ ਨਹੀਂ, ਰਾਬੀ ਬੰਦੇ ਸੀਗੇ, ਬਹੁਤ ਆਰਟਿਸਟ ਤਕੜੇ ਸੀ ਜੀ, ਉਹ ਚੜ੍ਹਾਈ ਕਰਕੇ ਸੀ 80-82 'ਚ। ਉਸ ਤੋਂ ਬਾਅਦ ਮੁਸ਼ਕਲਾਂ ਇਹ ਆਈਆਂ ਸੀ ਸਾਜ਼ੀਆਂ ਦੇ ਅੱਗੇ, ਕੋਈ ਵਧੀਆ ਸਰੰਗੀ ਬਣਾਉਣ ਵਾਲਾ ਹੈ ਨਹੀਂ ਸੀ, ਆਨੰਦ ਲਾਲ ਜੀ ਤੋਂ ਬਾਅਦ ਕੋਈ ਚੰਗਾ ਕਾਰੀਗਰ ਹੀ ਨਹੀਂ ਆਇਆ, ਬਿਲਕੁਲ ਚੰਗਾ ਸਰੰਗੀ ਮੇਕਰ ਕੋਈ ਹੈ ਨਹੀਂ ਸੀ ਜੀ। ਚਲੋ ਹੈ ਤਾਂ ਸਾਰੇ ਹੀ ਆਪਾਂ ਤੋਂ ਚੰਗੇ ਕਹਿੰਦੇ, ਚੰਗੇ ਨਹੀਂ ਲੱਗਦੇ। ਫਿਰ ਉਹ ਵਾਹਿਗੁਰੂ ਨੇ 6ਵੇਂ ਪਾਤਸ਼ਾਹ ਨੇ ਕੋਈ ਤੁਹਾਡੇ ਸਿਰ 'ਤੇ ਮੇਰੇ ਪਰ ਹੱਥ ਰੱਖਿਆ ਜੀ, ਇਹ ਕਲਾ ਜਿਹੜੀ ਆਰਟ ਹੈ ਜਿਹੜੀ ਆਪਾਂ ਨੂੰ ਇਹ ਬਖਸ਼ਿਸ਼ ਕੀਤੀ ਜੀ ਜੀ। ਹਾਂਜੀ, ਅਤੇ ਤੁਸੀਂ ਫਿਰ ਜਿਹੜਾ ਸਰੰਗੀਆਂ ਅਤੇ ਨਾਲ ਨਾਲ ਢੱਡਾਂ ਵੀ ਬਣਾਈਆਂ, ਢੱਡਾਂ ਵੀ, ਉਹ ਢੱਡਾਂ ਕਦ ਤੋਂ ਸ਼ੁਰੂ ਕੀਤੀਆਂ, ਨਾਲ ਹੀ ਕਰਤੀਆਂ? 1 ਸਾਲ ਬਾਅਦ 92 'ਚ, ਫਿਰ ਲੋਕ ਕਹਿਣ ਲੱਗੇ ਵੀ ਸਰੰਗੀ ਨਾਲ ਢੱਡ ਦਾ ਵੀ ਇੱਕ ਰਿਸ਼ਤਾ ਵਾ, 2 ਢੱਡਾਂ ਵੱਜਣਗੀਆਂ ਨਾਲ ਜੀ ਜੀ, ਵੀ ਢੱਡ ਵੀ ਨਾਲ ਬਣਾ ਜੀ। ਫਿਰ ਉਹ ਅਸੀਂ ਲੋਹੇ ਵਾਲੀਆਂ ਲੇਥਾਂ ਸੀਗੀਆਂ ਮਸ਼ੀਨ ਸਾਡੇ ਕੋਲ ਖਰਾਦ ਜੀ, ਵਰਕਸ਼ਾਪ ਸੀਗੀ ਜੀ, ਅਸੀਂ ਪਹਿਲਾਂ ਉਹਨਾਂ 'ਤੇ ਸ਼ੁਰੂ ਕਰ ਲਿਆ ਜੀ, ਉਹਨਾਂ 'ਤੇ ਢੱਡਾਂ ਬਣਾਈਆਂ ਔਰ ਪਹਿਲੀਆਂ ਹੀ ਢੱਡਾਂ ਜੀ ਬਹੁਤ ਵਧੀਆ ਵੱਜੀਆਂ ਨੇ। ਅੱਛਾ ਗਿਆਨੀ ਜੀ, ਜਿਹੜਾ ਮਤਲਬ ਤੁਸੀਂ ਸਾਜ਼ ਤਿਆਰ ਕਰਦੇ ਹੋ, ਸਾਜ਼ ਬਣਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕਲਾ। ਹਾਂਜੀ, ਅਤੇ ਸਭ ਤੋਂ ਵੱਡੀ ਗੱਲ ਇੱਕ ਤਾਂ ਸਾਜ਼ ਦੀ ਸ਼ੇਪ ਆ, ਦਿੱਖ ਹੈ, ਬਿਲਕੁਲ ਦਿੱਖ ਵੀ ਵਧੀਆ ਹੋਣੀ ਚਾਹੀਦੀ ਹੈ, ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ, ਵਜਾਉਣ ਵਾਲੇ ਨੂੰ, ਸਰੋਤੇ ਨੂੰ ਆਪਣੇ ਵੱਲ ਆਕਰਸ਼ਿਤ ਕਰੇ, ਬਿਲਕੁਲ। ਪਰ ਸਭ ਤੋਂ ਵੱਡੀ ਗੱਲ ਜਿਹੜਾ ਸਾਜ਼ ਦਾ ਵੱਜ ਹੈ, ਜਿਹੜੀ ਸਾਜ਼ ਵਿੱਚੋਂ ਆਵਾਜ਼ ਨਿਕਲਣੀ ਹੈ, ਉਹ ਸਭ ਤੋਂ ਜ਼ਿਆਦਾ ਸਰੋਤੇ ਨੂੰ ਵੀ ਅਤੇ ਸਾਜ਼ੀ ਨੂੰ ਵੀ ਪ੍ਰਭਾਵਿਤ ਕਰਦੀ, ਉਸੇ ਕਰਕੇ ਤੁਹਾਡੇ ਕੋਲ ਸਾਜ਼ੀ ਆਉਂਦੇ ਨੇ। ਜਿਹੜੀ ਤੁਸੀਂ ਸਾਜ਼ ਦੀ ਆਵਾਜ਼ ਬਣਾਉਂਦੇ ਹੋ, ਠੀਕ ਹੈ, ਉਹਦਾ ਕੀ ਹਿਸਾਬ ਕਿਤਾਬ ਹੁੰਦਾ? ਉਹ ਕਿੱਦਾਂ ਸਾਜ਼ ਦੀ ਆਵਾਜ਼ ਬਣਦੀ ਹੈ? ਤੁਸੀਂ ਉਹਦੀ ਸ਼ੇਪ ਕਿੰਨੀ ਰੱਖਦੇ ਹੋ? ਉਹਦੀ ਗੁਲਾਈ ਸਾਜ਼ ਦੀ, ਦੌਰੀ ਦੀ ਗੁਲਾਈ ਜਾਂ ਚੌੜਾਈ, ਸਾਜ਼ ਦਾ ਦੀ ਲੈਂਥ ਲੰਬਾਈ ਕਿੰਨੀ ਹੈ, ਇਹ ਸਾਰੀਆਂ ਚੀਜ਼ਾਂ ਮਿਲਾ ਕੇ ਕੁਝ ਹੁੰਦਾ ਜਾਂ ਕਿੱਦਾਂ ਤੁਸੀਂ ਤਿਆਰ ਕਰਦੇ ਹੋ? ਬਹੁਤ ਨੁਕਤੇ ਬਰੀਕੀ ਹੈ ਇਹਦੇ 'ਚ ਜੀ। ਜਿਵੇਂ ਕੋਈ ਜਦੋਂ ਵਜਾਉਣੀ ਸਰੰਗੀ ਸਿੱਖਦਾ, ਸਾਜ਼ ਕੋਈ ਵੀ ਆ, ਵਾਜਾ ਜਾਂ ਕੋਈ ਹੋਰ ਕੋਈ ਸਾਜ਼ ਆ ਜਿਹੜਾ ਕਿਸੇ ਉਸਤਾਦ ਤੋਂ ਸਿੱਖਣ ਜਾਂਦਾ ਜੀ, ਉਹਨੂੰ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਦੀ ਲੰਘਣਾ ਪੈਂਦਾ ਵਾ, ਬਿਲਕੁਲ, ਸਰਗਮ ਕੱਢਦਾ, ਸਰਗਮ ਤੋਂ ਫਿਰ ਡਬਲ, ਫਿਰ ਟ੍ਰਬਲ, ਇਸ ਤਰ੍ਹਾਂ ਕਰਕੇ
ਉਹਨਾਂ ਮੁਸ਼ਕਲਾਂ ਦੇ ਵਿੱਚ ਦੀ ਨਿਕਲਣਾ ਪੈਂਦਾ ਜੀ, ਪਰ ਵਾਹਿਗੁਰੂ ਉਹਦੇ ਅੰਦਰ ਇੱਕ ਐਸੀ ਕਲਾ ਬਖਸ਼ਦਾ ਵਾ, ਜਿਹੜੇ ਬੰਦੇ 'ਤੇ ਕੋਈ ਨਿਸ਼ਾਨਾ ਹੋਵੇ ਬੰਦੇ ਨੇ ਬਣਨਾ ਜੀ। ਜਿਵੇਂ ਕੋਈ ਗਾਇਕ ਕਲਾਕਾਰ ਮੁਹੰਮਦ ਰਫੀ ਸੀ, ਦਾਰਾ ਪਹਿਲਵਾਨ ਸੀ ਜੀ, ਕੋਈ ਆਮ ਤਾਂ ਹੁੰਦੇ ਨਹੀਂ ਘਰ ਘਰ ਜੀ, ਕਵੀਸ਼ਰ ਰਣਜੀਤ ਸਿੰਘ ਸਿੱਧਮਾ ਵਾਲੇ ਸੀ, ਬਿਲਾਸਪੁਰੀ ਸੀ ਬੂਟਾ ਸਿੰਘ ਸਰੰਗੀ ਮਾਸਟਰ ਜੀ। ਇਸ ਤਰ੍ਹਾਂ ਕੋਈ ਜਦੋਂ ਰੱਬ ਦੀ ਅੱਖ ਹੋ ਜਾਵੇ ਉਸ ਬੰਦੇ 'ਤੇ ਵਿੱਚ ਕਲਾ ਦੇਣੀ ਆ ਜੀ, ਉਹ ਆਪਣੇ ਆਪ ਹੀ ਆਪਣੇ ਅੰਦਰ ਫੁਰਨੇ ਤਿਆਰ ਹੋਈ ਜਾਂਦੇ, ਇਹਨੂੰ ਇੰਨਾ ਸਹਿਜ ਰੱਖ ਦਿਉ ਜੀ, ਇਹਨੂੰ ਇੰਨਾ ਰੱਖ ਦਿਉ, ਉਹ ਬਸ ਆਪ ਹੀ ਵਾਹਿਗੁਰੂ ਕਰਾਈ ਜਾਂਦਾ ਜੀ। ਹੁਣ ਸਾਡੇ ਸਹਿਜ ਰਟੇ ਪਏ ਅੰਦਰ, ਜਿਹੜਾ ਸਹਿਜ ਕਿੱਦਾਂ ਕਿੱਦਾਂ, ਫਿਰ ਥੋੜ੍ਹੇ ਜਿਹੇ ਅਸੀਂ ਕਰਦੇ ਵੀ ਰਹੇ ਬਦਲਾਅ ਜੀ, ਬਦਲਾਅ ਕਰਨ ਦੇ ਨਾਲ ਇਹਦੀ ਬਾਤ 'ਚ ਫਰਕ ਪੈਂਦਾ, ਫਿਰ ਆਪਣੇ ਆਪ ਹੀ ਉਹ ਤਜਰਬਾ ਵਧੀ ਜਾਂਦਾ ਜੀ। ਜੀ ਹਾਂਜੀ, ਜਿਵੇਂ ਜਿਵੇਂ ਬੰਦਾ ਅਭਿਆਸ ਕਰਦਾ, ਜਿਵੇਂ ਜਿਵੇਂ ਸਾਜ ਤੁਹਾਡੇ ਹੱਥਾਂ 'ਚੋਂ ਤਿਆਰ ਹੋ ਕੇ ਨਿਕਲਦੇ ਨੇ, ਹਾਂਜੀ, ਉਸੇ ਤਰ੍ਹਾਂ ਤੁਹਾਨੂੰ ਤਜਰਬਾ ਵੀ ਆਈ ਜਾਂਦਾ। ਆ ਕੇ ਸਾਜੀ ਵੀ ਤੁਹਾਨੂੰ ਕਹਿੰਦੇ ਨੇ ਕਿ ਇਸ ਤਰ੍ਹਾਂ ਆਵਾਜ਼ ਇੱਦਾਂ ਦੀ ਹੈ, ਇੱਦਾਂ ਦੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਬਾਕੀ ਦਿਨ ਬ ਦਿਨ ਤੁਹਾਡੀ ਕਲਾ ਨਿਖਰਦੀ ਗਈ, ਠੀਕ ਹੈ ਜੀ, ਅਤੇ ਤੁਸੀਂ ਇਹਨੂੰ ਮਹਿਸੂਸ ਕੀਤਾ ਹੋਵੇਗਾ ਕਿ ਅੱਜ ਜਿਹੜੀ ਤੁਹਾਡੇ ਹੱਥ ਦੀ ਸਰੰਗੀ ਅੱਜ ਬਣ ਰਹੀ ਹੈ, ਅੱਜ ਤੋਂ 30 ਸਾਲ ਪਹਿਲਾਂ ਉਹ ਕਲਾ ਨਹੀਂ ਸੀ, ਕਿਉਂਕਿ ਜਿਹੜਾ ਅੱਜ ਤੁਹਾਡੇ ਹੱਥ 'ਚ ਰੰਗ ਹੈ। ਅੱਜ ਦੇਸ਼ ਵਿਦੇਸ਼ ਵਿੱਚ ਅਸੀਂ ਦੇਖਦੇ ਹਾਂ ਕਿ ਤੁਹਾਡਾ ਸਾਜ ਦੀ ਦਿੱਖ ਵੀ ਅਲੱਗ ਹੈ, ਰੰਗ ਵੀ ਅਲੱਗ ਹੈ, ਅਤੇ ਇਹਦਾ ਵੱਜ ਵੀ ਅਲੱਗ ਹੈ, ਅਤੇ ਤੁਸੀਂ ਸਰੰਗੀਆਂ ਕਿੰਨੀ ਕਿਸਮ ਦੀਆਂ ਬਣਾਉਂਦੇ ਹੋ? ਸਰੰਗੀਆਂ ਆਪਾਂ ਬਣਾਉਂਦੇ ਹਾਂ 4 ਕਿਸਮ ਦੀਆਂ, ਜਿਹੜੀ ਲੋਕ ਲੈ ਕੇ ਜਾਂਦੇ ਵਰਤੋਂ ਵਿੱਚ ਆਉਂਦੀ ਹੈ ਜੀ। ਉਦੋਂ ਬਾਅਦ ਇੱਕ 5ਵੀਂ ਕਿਸਮ ਦੀ ਸਰੰਗੀ ਹੈਗੀ, 4 ਤੰਦੀਆਂ ਵਾਲੀ, ਕਲਾਸੀਕਲ ਵੱਡੀ, 12 ਇੰਚ ਚੌੜੀ, ਉਹਦਾ ਕੋਈ ਫਾਇਦਾ ਨਹੀਂ, ਉਹ ਇੱਕ ਬੰਦੇ ਨੇ ਇੱਕੋ ਹੀ ਬਣਵਾਈ ਸੀਗੀ। ਲੇਕਿਨ 4 ਟਾਈਪ ਦੀਆਂ ਸਰੰਗੀਆਂ ਨੇ, ਸਭ ਤੋਂ ਪਹਿਲਾਂ ਖੁੱਲ੍ਹੇ ਅਖਾੜੇ ਵਾਲੇ ਜਿਹੜੇ ਬਿਨਾਂ ਮੈਕ ਤੋਂ ਸਪੀਕਰਾਂ ਤੋਂ ਗਾਉਂਦੇ ਹੁੰਦੇ ਸੀਗੇ ਜੀ, 50, 60, 70, 80 ਸਾਲ ਪਹਿਲਾਂ ਜੀ, ਉਹ ਹੁਣ ਵੀ ਕਿਤੇ ਮੇਲਿਆਂ 'ਤੇ ਕਿਤੇ ਮਿਲਦੇ ਹੋਣਗੇ। ਇਹਨੂੰ ਜੂੜੇ ਵਾਲੀ ਸਰੰਗੀ ਕਹਿੰਦੇ? ਜੂੜੇ ਵਾਲੀ ਸਰੰਗੀ ਜੀ। ਇੱਕ ਉਹ ਤਿਆਰ ਕਰਦੇ ਹਾਂ, ਥੋੜ੍ਹੇ ਦਿਨ ਪਹਿਲਾਂ ਹੀ ਇੱਕ ਬੰਦੇ ਨੂੰ ਬਣਾ ਕੇ ਦਿੱਤੀ ਆ ਜੀ, ਜਿਹੜੀ ਉਸ ਤੋਂ ਦੂਜੇ ਨੰਬਰ 'ਤੇ ਫੋਕ ਢਾਡੀ ਵਜਾਉਂਦੇ ਆ, ਉਹ ਸਰੰਗੀ ਜ਼ਿਆਦਾ ਲੱਗਦੀ ਹੈ ਜੀ। ਟੋਟਾ ਬਲ 95% ਹੀ ਟੋਟਾ ਸਰੰਗੀ, ਮਾਡਲ ਦਾ ਨਾਂ ਟੋਟਾ ਕਹਿ ਦਿੰਦੇ ਸੀ। ਅੱਛਾ, ਤੁਹਾਡੇ ਮੈਂ ਗੱਲ ਨੂੰ ਰੋਕ ਕੇ ਵਿੱਚ ਇਹ ਗੱਲ ਪੁੱਛਣੀ ਚਾਹਾਂਗਾ ਕਿ ਜਿਹੜੀ ਜੂੜੇ ਵਾਲੀ ਸਰੰਗੀ ਹੈ, ਹਾਂਜੀ, ਉਹਦਾ ਟੋਟੇ ਨਾਲੋਂ ਜਾਂ ਬਾਕੀ ਸਾਜਾਂ ਨਾਲੋਂ ਕੀ ਫਰਕ ਹੁੰਦਾ? ਸਿਰਫ ਦਿੱਖ ਦਾ ਹੀ ਫਰਕ ਹੈ ਜਾਂ ਕੋਈ ਆਵਾਜ਼ ਦੇ ਵਿੱਚ ਵੀ ਫਰਕ ਹੁੰਦਾ? ਉਹਦਾ ਮਾਡਲ ਇਹੋ ਜਿਹਾ ਵੀ ਉੱਪਰ ਜਾ ਕੇ ਉਹਦੇ ਜੂੜਾ ਤਾਂ ਸ਼ੋ ਨੂੰ ਹੀ ਲਾਇਆ ਹੋਇਆ ਜੀ, ਉਹਦੀ ਲੰਬਾਈ ਹੋਈ ਪੂਰੀ ਕੀਤੀ ਹੈ, ਉੱਪਰ ਉਹਦੇ ਤਾਰਾਂ ਨਹੀਂ ਹੈਗੀਆਂ ਜੀ। ਜਿਹੜੇ ਉਹ ਪੁਰਾਣੇ ਲੋਕ ਸਿੱਧੇ ਵਿਚਾਰੇ ਸਿੰਪਲ ਹੁੰਦੇ ਸੀ ਜੀ, ਉਹਨਾਂ ਕੋਈ ਇੰਨਾ ਤਾਰਾਂ ਤੂਰਾਂ ਲਾਉਣ ਦੀ ਲੋੜ ਨਹੀਂ ਸੀ ਪੈਂਦੀ, ਤੰਦੀ 'ਚੋਂ ਆਵਾਜ਼ ਲੈਂਦੇ ਸੀ ਜੀ। ਨੈਚੁਰਲ ਆਵਾਜ਼ ਹੈ ਜਿਹੜੀ ਸਰੰਗੀ ਦੀ, ਲੱਕੜ ਦੀ ਜੀ, ਉਹ ਅੱਜ ਵੀ ਉਹ ਚੀਜ਼ ਪੁਰਾਣੀ ਹੈ। ਜਦੋਂ ਕੈਸਟ ਕਰਾਉਣ ਕਿਸੇ ਸਟੂਡੀਓ ਦੇ ਵਿੱਚ ਜਾਂਦੇ ਆ ਸਾਜੀ ਜੀ, ਉਹ ਕਹਿੰਦੇ ਤਾਰਾਂ ਬੰਦ ਕਰ ਦਿਓ ਜਾਂ ਤਾਰਾਂ 'ਤੇ ਰੁਮਾਲ ਬੰਨ ਲਓ ਜੀ, ਫਿਰ ਉਹਨਾਂ ਵਾਲੀ ਪੁਰਾਣੀ ਗੱਲ ਹੀ ਆਉਂਦੀ ਆ ਜੀ, ਜਿਹੜੇ ਬਜ਼ੁਰਗ ਫਿਰ ਜੂੜੇ ਵਾਲੀ ਸਰੰਗੀ ਕੰਮ ਆਉਂਦੀ ਹੈ ਜਾਂ ਉਹ ਲੱਕੜ ਦੀ ਨੈਚੁਰਲ ਆਵਾਜ਼ ਆ ਜਿਹੜੀ ਲੱਕੜ ਦੇ ਵਿੱਚੋਂ ਉਹਦੀ ਬੀਨ ਬਣਨੀ ਆ ਜੀ, ਉਹ ਤਾਰ ਦੀ ਇੱਕੋ ਨਾ ਹੋਵੇ ਜੀ। ਉਹ ਅੱਜ ਵੀ ਸਟੂਡੀਓ ਦੇ ਵਿੱਚ ਜਿਹੜੇ ਮੁੰਡੇ ਜਾਂਦੇ ਉਹਨਾਂ ਤਾਰਾਂ ਬੰਦ ਕਰ, ਉਹ ਉੱਪਰਲੀਆਂ ਉਹਨਾਂ ਨੂੰ ਤਾਰਾਂ ਦੀ ਲੋੜ ਨਹੀਂ ਸੀ ਪੈਂਦੀ, ਉਹ ਬਹੁਤ ਤਕੜਾ ਗਾਜਰ ਰਗੜ ਕੇ ਫੇਰ ਕੇ ਪੋਟੇ ਜਾਨ ਨਾ ਲਾ ਕੇ ਥੋੜ੍ਹੀਆਂ ਤਾਰਾਂ ਤੋਂ ਕੰਮ ਲੈ ਲੈਂਦੇ ਸੀ ਜੀ। ਹਾਂਜੀ, ਅਤੇ ਤੁਸੀਂ ਗੱਲ ਕੀਤੀ ਕਿ ਦੂਜਾ ਸਾਜ ਹੈ ਜਿਸ ਨੂੰ ਟੋਟਾ ਆਖਿਆ ਜਾਂਦਾ, 95% ਇਹ ਵਰਤੀ ਜਾਂਦੀ ਹੈ, ਅਤੇ ਇਹ ਜਿਹੜਾ ਟੋਟਾ ਬਾਕੀ ਸਾਜਾਂ ਨਾਲੋਂ ਮਕਬੂਲ ਜ਼ਿਆਦਾ ਕਿਉਂ ਹੋਇਆ, ਇਹਦਾ ਕਾਰਨ ਕੀ ਹੈ? ਇਹ ਟੋਟਾ ਸਰੰਗੀ ਫੜਨੀ ਵੀ ਸੌਖੀ ਆ ਜੀ, ਕੰਟਰੋਲ ਆ ਜਾਂਦੀ ਹੈ ਖੜ ਕੇ ਜੀ, ਔਰ ਇਹਦੇ ਤਾਰਾਂ ਦਾ ਜਿਹੜਾ ਹੈਗਾ ਉੱਪਰ 12 ਜਾਂ 10 ਵੀ ਲਾਉਂਦੇ ਆ 11, 12 ਵੀ ਸਾਈਡ 'ਤੇ 15 ਤਾਰਾਂ ਦੀ ਇੱਕੋ ਜ਼ਿਆਦਾ ਬਣ ਜਾਂਦੀ। ਇਹ ਪਤਲਾ ਹੁੰਦਾ ਵਾ, ਲੰਬਾਈ 26 ਇੰਚ ਜੀ, ਇਹ ਇੱਕ ਦੇ ਨਾਲ ਲੱਗ ਜਾਂਦਾ, ਜਿਸ ਤੋਂ ਚੌੜਾ ਮਾਡਲ ਡੇਢਾ ਵਾ ਢਾਈ ਪਸਲੀ ਆ ਜੀ, ਉਹ ਥੋੜ੍ਹਾ ਦੂਰ ਚਲਾ ਜਾਂਦਾ ਹੱਥ ਜੀ, ਇਹਦਾ ਕੰਟਰੋਲ ਬਹੁਤ ਜ਼ਿਆਦਾ, ਇਸ ਕਰਕੇ ਇਹਦੀ ਡਿਮਾਂਡ ਜ਼ਿਆਦਾ ਜੀ, ਵਜਾਉਣਾ ਸੌਖਾ ਵਾ। ਵੈਸੇ ਵੀ ਜਿਹੜਾ 6 ਸਟੇਜਾਂ 'ਤੇ ਗੁਰੂ ਘਰਾਂ ਵਿੱਚ ਢਾਡੀ ਸਿੰਘ ਵਾਰਾਂ ਗਾਉਂਦੇ ਨੇ, ਕੋਈ ਕਿਸੇ ਵੀ ਰਸ ਵਿੱਚ ਇਹ ਸਰੰਗੀ ਵੱਜਦੀ ਹੈ ਅਤੇ ਇਹਦੀ ਗੂੰਜ ਅਤੇ ਇਹਦੀ ਆਵਾਜ਼ ਵੱਖਰੀ ਹੈ, ਵੱਖਰੀ ਹੋਈ ਜੀ ਜੀ। ਅਤੇ ਤੀਜੀ ਕਿਸਮ ਦਾ ਸਾਜ ਕਿਹੜਾ ਜਿਹੜਾ ਤੁਸੀਂ ਦੱਸ ਰਹੇ ਹੋ? ਉਹ ਡੇਢਾ ਵਾ, ਇਹਦੇ ਵਿੱਚ ਹੀ ਜੀ, ਅੱਗੇ ਪੁਰਾਣੇ ਸਾਜੀਆਂ ਨੇ ਕਈਆਂ ਨੇ ਵਜਾਏ ਵੀ ਆ ਜੀ, ਬਿਲਕੁਲ, ਉਹ ਡੇਢੇ ਆਨੰਦ ਲਾਲ ਨੇ ਵੀ ਬਹੁਤ ਬਣਾਇਆ, ਅਸੀਂ ਵੀ ਬਣਾ ਰਹੇ ਹਾਂ, ਅੱਜ ਵੀ ਬਣਾ ਰਹੇ ਹਾਂ ਜੀ। ਉਹ ਡੇਢਾ ਮਤਲਬ ਕੋਈ ਆਰਡਰ 'ਤੇ ਬਣਵਾਵੇ ਤਾਂ ਬਣਾਉਂਦੇ ਹਾਂ, ਉਹਦਾ ਦਾਤ ਘੱਟ ਹੈ, ਕੋਈ ਬੰਦਾ ਹੀ ਲੈਂਦਾ ਉਹਨੂੰ ਜੀ, 100 ਚੋਂ 1 ਹੀ ਲੈਂਦਾ ਜੀ। ਅਤੇ ਇਸ ਤੋਂ ਅੱਗੇ ਚੌਥੀ ਕਿਸਮ ਕਿਹੜੀ ਹੈ ਜੀ? ਉਹ ਕਲਾਸੀਕਲ, ਜਿਹੜੀ ਪ੍ਰੋਫੈਸ਼ਨਲ ਪਿਓਰ ਕਲਾਸੀਕਲ ਰਾਗਾਂ ਵਾਲੀ ਜੀ, ਜਿਹ 'ਚ ਪੱਕੇ ਰਾਗ ਵੱਜਦੇ ਆ ਜੀ ਜੀ, ਜਿਹੜੇ ਉਹਦੇ ਗਜ ਨੂੰ ਜਿਹੜਾ ਉਹਦੇ 'ਤੇ ਫਿਰਦਾ ਉਹਨੂੰ ਘੁੰਗਰੂ ਵੀ ਨਹੀਂ ਹੁੰਦੇ ਜੀ। ਹਾਂਜੀ, ਉਹ ਆਹ ਸਰੰਗੀ ਪਈ ਹੈ ਜੀ, ਇਹ ਸਰੰਗੀ ਪਿਓਰ ਕਲਾਸੀਕਲ ਹੈ ਜੀ ਜੀ, 3 ਸਾ ਪਾ ਸਾ 'ਤੇ ਤੰਦੀਆਂ ਲਾ ਕੇ ਜੀ, ਇਹਨੂੰ ਉਹ ਬੰਦੇ ਵਜਾਉਂਦੇ ਆ ਜਿਹੜੇ ਰਾਗਾਂ ਵਾਲੇ ਆ ਜੀ ਜੀ, ਕਲਾਸੀਕਲ ਢੱਡਾ ਨਹੀਂ, ਇਹਦੇ ਨਾਲ ਜੋੜੀ ਨਾਲ ਵੱਜਦੀ ਜੀ ਜੀ। ਅਤੇ ਇਹ ਤੁਸੀਂ ਜਾਣੀ 4 ਕਿਸਮ ਦੀਆਂ ਸਰੰਗੀਆਂ ਤਿਆਰ ਕਰਦੇ? 4 ਕਿਸਮ ਦੀਆਂ। ਅਤੇ ਫਿਰ ਇਹਨਾਂ ਦੀ ਜਿਹੜੇ ਇਸ ਵਕਤ ਇਹਨਾਂ ਦਾ ਮੁੱਲ ਉਹ ਵੱਖ ਵੱਖਰਾ ਹੋਵੇਗਾ? ਸਾਰਿਆਂ ਦੀ ਕੀਮਤ ਅਲੱਗ ਅਲੱਗ ਹੈ ਜੀ,
ਜਿਹੋ ਜਿਹੀ ਕੋਈ ਕੀਮਤ ਦੇ ਲਈ ਸਾਰਿਆਂ ਨਾਲ ਪਿਆਰ ਬਣਿਆ ਜੀ, ਕੋਈ ਪੈਸੇ ਤੱਕ ਮਤਲਬ ਹੀ ਨਹੀਂ ਜੀ। ਫਿਰ ਨਾਲ ਜਿਹੜਾ ਮਟੀਰੀਅਲ ਲਾਉਂਦੇ ਹੋ ਤੁਸੀਂ, ਵੱਡੀ ਗੱਲ ਸਭ ਤੋਂ ਪਹਿਲਾਂ ਤਾਂ ਲੱਕੜ ਦੀ ਗੱਲ ਹੈ, ਜਿਸ ਤਰ੍ਹਾਂ ਤੁਸੀਂ ਟਾਹਲੀ ਦੀ ਗੱਲ ਕੀਤੀ ਸੀ ਜਾਂ ਤੁਣ ਦਾ ਸਾਜ਼, ਤੁਣ ਦਾ ਸਾਜ਼ ਬਹੁਤ ਮਕਬੂਲ ਹੈ, ਤੁਣ ਦਾ ਸਾਜ਼ ਹਾਂਜੀ, ਤੁਣ ਦੀ ਸਰੰਗੀ ਬਣਾਉਂਦੇ ਹੋ, ਲੱਕੜ ਚਾਹੀਦੀ ਹੈ ਮੇਨ, ਅਤੇ ਇਹਦੇ ਨਾਲ ਹੋਰ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਮਟੀਰੀਅਲ ਵਰਤਿਆ ਜਾਂਦਾ ਉਹ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਬਾਜ਼ਾਰ ਵਿੱਚੋਂ ਕੱਚਾ ਮਾਲ ਲਿਆਉਂਦੇ ਹੋ ਜਾਂ ਬਣਿਆ ਬਣਾਇਆ ਰੈਡੀਮੇਡ ਤੁਹਾਨੂੰ ਮਿਲ ਜਾਂਦਾ? ਅਸੀਂ ਦੋ ਚੀਜ਼ਾਂ ਹੀ ਬਾਹਰੋਂ ਲੈਂਦੇ ਹਾਂ ਸਾਰੀ ਸਰੰਗੀ 'ਚ, ਦੋ, ਇੱਕ ਚਮੜਾ ਖੱਲ ਜੀ ਜਿਹੜੀ ਇਹ ਬੱਕਰੇ ਦੀ ਖੱਲ ਹੈ ਜੀ, ਦੂਸਰੇ ਅਸੀਂ ਜਿਹੜਾ ਹੱਡੀ ਦਾ ਸਮਾਨ ਆ ਜੀ, ਚਲੋ ਤੀਜੀ ਲਾ ਲਓ ਤੰਦੀ ਜੀ, ਤੀਜੀ ਤੋਂ ਬਾਅਦ ਜਿਹੜੀ ਚੀਜ਼ ਬਾਕੀ ਸਾਰੀ ਇਹਦੀ ਘਰੇ ਕੀਲੀਆਂ ਖਰਾਦ ਹੋਣੀਆਂ ਜੀ, ਮਣਕੇ ਬਣਾਉਣੇ ਆ, ਡੈਕੋਰੇਸ਼ਨ ਮੀਨਾਕਾਰੀ ਆ ਜੀ ਜੀ, ਅਤੇ ਇਹ ਸੋਟੀ ਤਿਆਰ ਕਰਨੀ ਆ, ਵਾਲ ਪਾਉਣੇ ਆ ਜੀ, ਹੱਡੀ ਦੀ ਫੱਟੀਆਂ ਮਿਲ ਜਾਂਦੀਆਂ ਪੀਸ ਕੱਟ ਕੇ ਬਣਾਉਣੇ ਆ ਜੀ, ਇਹ ਕੀਲੀਆਂ ਖਰਾਦਣੀਆਂ ਵਾ, ਇਹ ਕੀਲੀਆਂ ਇੱਧਰ ਵੀ ਲੱਗੀਆਂ ਸਾਰੀਆਂ ਜੀ, ਇਹ ਕੀਲੀਆਂ ਵੀ ਖਰਾਦ ਕੇ ਸਾਰੀਆਂ ਚਾਪਟੀਆਂ ਕੀਤੀਆਂ ਹੋਈਆਂ, ਪਹਿਲਾਂ ਗੋਲ ਖਰਾਦ ਹੁੰਦੀ ਹੈ, ਭਾਂਡਾ ਇਹਦਾ ਵਨ ਪੀਸ ਦੇ ਵਿੱਚੋਂ ਇੱਕ ਲੱਕੜ 'ਚੋਂ ਬਣਦਾ ਉਹ ਤੋੜਦਾ ਵਾ, ਵਾਹ, ਕੀਲੀਆਂ ਟਾਲੀ ਜੀ। ਅੱਛਾ ਗਿਆਨੀ ਜੀ, ਜਿਹੜੀ ਸਰੰਗੀ ਦੀ ਮਿਆਦ ਹੈ ਸਾਜ਼ ਦੀ, ਠੀਕ ਹੈ, ਉਹ ਔਸਤਨ ਜਿਹੜੀ ਮਿਆਦ ਉਹ ਕਿੰਨੇ ਕੁ ਸਾਲ ਸਰੰਗੀ ਚੱਲਦੀ ਰਹਿੰਦੀ ਹੈ? ਉਹ ਇਹ ਡਿਪੈਂਡ ਆ ਉਹਦੀ ਸੰਭਾਲ 'ਤੇ ਸਾਜ਼ੀ ਦੇ ਜੀ, 50 ਸਾਲ ਵੀ ਲੈ ਜੂ, 20 ਸਾਲ ਵੀ ਲੈ ਜੂ ਜੀ, ਉਹ 5 ਸਾਲ ਬਾਅਦ ਤੋੜ ਲਵੇ ਸੈੱਟ ਕੇ ਜੀ, ਉਹਨੂੰ ਰਿਪੇਅਰ ਕਰਾ ਲਵੇ ਫਿਰ ਜੀ, ਇਹ ਉਹਨਾਂ 'ਤੇ ਡਿਪੈਂਡ ਕਰਦਾ ਜਿਹੜੇ ਬੰਦੇ, ਤਕਰੀਬਨ ਮੈਂ ਜਿੰਨਾ ਕੁ ਮੈਨੂੰ ਹੈਗਾ ਪਤਾ 50-60 ਸਾਲ ਦੀਆਂ ਸਰੰਗੀਆਂ ਹੈਗੀਆਂ ਅਜੇ ਵੱਜਦੀਆਂ ਨੇ ਜੀ। ਪਰ ਫਿਰ ਵੀ ਕਹਿੰਦੀ ਜੀ, ਜਿਸ ਤਰ੍ਹਾਂ ਅਜੋਕਾ ਦੌਰ ਹੈ ਇਹਦੇ ਵਿੱਚ ਨਵੀਨ ਚੀਜ਼ ਹਰ ਇੱਕ ਬੰਦਾ ਨਵੀਨਤਮ ਭਾਲਦਾ, ਬਿਲਕੁਲ, ਅਤੇ ਜਿਸ ਤਰ੍ਹਾਂ ਕਿਸੇ ਕੋਲ ਪੁਰਾਣੀ ਗੱਡੀ ਉਹ ਵੇਚ ਕੇ ਨਵੀਂ ਗੱਡੀ ਲਿਆਉਣ ਦੀ ਕੋਸ਼ਿਸ਼ ਕਰਦਾ, ਬਿਲਕੁਲ, ਕੁਝ ਸਾਲ ਚਲਾਉਣ ਤੋਂ ਬਾਅਦ, ਇਸੇ ਤਰ੍ਹਾਂ ਸਰੰਗੀ ਵਾਦਕਾਂ ਦੇ ਜਿਹੜੇ ਰੁਝਾਨ ਨੇ ਉਹ ਕਿਸ ਤਰ੍ਹਾਂ ਦੇ ਨੇ ਅਜੋਕੇ ਦੌਰ ਵਿੱਚ ਜਿਹੜੀ ਨਵੀਂ ਪੀੜ੍ਹੀ ਹੈ? ਪੁਰਾਣੇ ਬਜ਼ੁਰਗ ਤਾਂ ਕਈ ਸਾਲ ਪੁਰਾਣੀਆਂ, ਅੱਜ ਵੀ ਭਾਈ ਨੰਦ ਲਾਲ ਜੀ ਦੀਆਂ ਕਈ ਸਰੰਗੀਆਂ ਪੁਰਾਣੇ ਬਜ਼ੁਰਗਾਂ ਕੋਲ, ਸਰੰਗੀ ਵਾਦਕਾਂ ਕੋਲ ਸਾਂਭੀਆਂ ਹੋਈਆਂ ਨੇ। ਤੁਹਾਡੀਆਂ ਸਰੰਗੀਆਂ ਮਤਲਬ ਔਸਤਨ ਜਿਵੇਂ ਤੁਹਾਨੂੰ ਅੱਜ ਰੁਝਾਨ ਹੈ, ਤੁਹਾਡੇ ਪੱਕੇ ਗਾਹਕ ਵੀ ਨੇ, ਠੀਕ ਹੈ, ਜਿਹੜੇ ਉਹ ਪੱਕੇ ਗਾਹਕ ਕਿੰਨੀ ਕੁ ਦੇਰ ਬਾਅਦ ਨਵਾਂ ਸਾਜ਼ ਤਿਆਰ ਕਰਵਾਉਂਦੇ ਨੇ? ਤੁਸੀਂ ਜਗਦੇਵ ਸਿੰਘ ਜੀ ਹੈਰਾਨ ਹੋ ਜਾਓਗੇ ਗੱਲ ਸੁਣ ਕੇ, ਇੱਕ ਸਾਜ਼ੀ ਬੰਦਾ ਜੀ ਕੋਈ 20 ਸਾਲ 'ਚ 25 ਸਾਲ 'ਚ 7-7, 8-8, 9-9 ਸਰੰਗੀਆਂ ਲੈ ਕੇ ਜੀ, ਇਕੱਲਾ ਬੰਦਾ ਜੀ ਜੀ, ਪਤਾ ਨਹੀਂ ਉਹਦੇ ਘਰੇ 2-3 ਪਈਆਂ ਹੋਣ ਜਾਂ ਵੇਚਦਾ ਹੋਵੇ ਕਿਸੇ ਕੋਲ, ਬਾਹਰ ਜਾਂਦਾ ਦੇ ਜਾਂਦਾ ਜੀ, 10-10 ਸਰੰਗੀਆਂ ਤੱਕ ਵੀ ਇੱਕ ਸਰੰਗੀ ਮਾਸਟਰ ਨੇ ਸਰੰਗੀਆਂ ਸਾਤੋਂ ਖਰੀਦ ਲਈਆਂ ਜੀ, ਅਤੇ ਫਿਰ ਉਹ ਹੋਰ ਅੜੀਕ ਕਰਦਾ ਕਿ ਮੈਂ ਹੁਣ ਵੱਡੀ ਬਣਵਾ ਲਾਂ, ਮੈਂ ਡੇਢਾ ਬਣਵਾ ਲਾਂ, ਮੈਂ ਫਿਰ ਟੋਟਾ ਬਣਵਾ ਲਾਂ ਜੀ, ਲੇਕਿਨ ਚਾਹੇ ਤਾਂ ਕੋਈ ਇੱਦਾਂ ਲਾ ਲਓ ਬਈ ਉਹਨੂੰ ਨਵੀਂ ਦਾ ਸ਼ੌਂਕ ਆ ਜੀ, ਸਾਫ਼ ਸੁਥਰਾ ਸਾਜ਼ ਹੁੰਦਾ ਜੀ, ਜਦੋਂ ਥੋੜ੍ਹਾ ਜਿਹਾ 2-3 ਸਾਲ ਬਾਅਦ ਮੈਲਾ ਜਿਹਾ ਹੋ ਗਿਆ ਜੀ, ਅਜੇ ਸਫਾਈ ਘੱਟ ਰੱਖਦੇ ਆ, ਫਿਰ ਉਹ ਨਵੀਂ ਹੀ ਲੈ ਲੈਂਦੇ ਨੇ ਜੀ। ਅੱਛਾ ਗਿਆਨੀ ਜੀ, ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਜੋ ਹਾਲਾਤ ਨੇ ਅੱਜ ਦੇ, ਬੇਸ਼ੱਕ ਸਿੱਖੀ ਦੀ ਜੜ ਬੜੀ ਮਜ਼ਬੂਤ ਹੈ, ਸਾਡੇ ਸ਼ਹੀਦਾਂ ਨੇ ਇਸ ਜੜ ਨੂੰ ਆਪਣੇ ਖੂਨ ਨਾਲ ਸਿੰਜਿਆ, ਸਿੱਖੀ ਕਦੇ ਖਤਮ ਨਹੀਂ ਹੋ ਸਕਦੀ, ਅਤੇ ਜੇ ਸਿੱਖੀ ਖਤਮ ਨਹੀਂ ਹੋ ਸਕਦੀ ਤਾਂ ਸਿੱਖੀ ਦਾ ਪ੍ਰਚਾਰ ਵੀ ਬੰਦ ਨਹੀਂ ਹੋਵੇਗਾ, ਢਾਡੀ ਕਲਾ ਵੀ ਕਦੇ ਖਤਮ ਨਹੀਂ ਹੋ ਸਕਦੀ, ਪਰ ਫਿਰ ਵੀ ਇੱਕ ਧੁੜਕੂ ਸਾਡੇ ਅਕਸਰ ਹੀ ਦਿਲਾਂ ਵਿੱਚ ਰਹਿੰਦਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਇਸ ਕਲਾ ਤੋਂ ਕਿਤੇ ਦੂਰ ਨਾ ਚਲੀ ਜਾਏ, ਉਹ ਇਸ ਕਲਾ ਨੂੰ ਕਿਤੇ ਛੱਡ ਨਾ ਦੇਵੇ, ਅਤੇ ਆਉਣ ਵਾਲੇ ਜਿਹੜੇ ਜਥੇ ਨੇ ਢਾਡੀ ਜਥੇ, ਕੀ ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜੇ ਜਦੋਂ ਤੋਂ ਤੁਸੀਂ ਸਰੰਗੀ ਬਣਾਉਣੀ ਸ਼ੁਰੂ ਕੀਤੀ ਹੈ ਅੱਜ ਤੱਕ, ਜਿਹੜੀ ਤੁਹਾਡੀ ਸਰੰਗੀਆਂ ਵਿਕਣ ਦੀ ਦਰ ਹੈ ਉਹਦੇ ਵਿੱਚ ਕੋਈ ਕਮੀ ਪੇਸ਼ੀ ਆਈ ਜਾਂ ਉਹਦੇ ਵਿੱਚ ਕੋਈ ਕਿੰਨਾ ਕੁ ਵਾਧਾ ਹੋਇਆ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕੀਏ? ਮੈਂ ਤੁਹਾਨੂੰ ਦੱਸਦਾ ਜੀ, 6ਵੇਂ ਪਾਤਸ਼ਾਹ 10 ਗੁਰੂ ਸਾਹਿਬਾਨ ਹੋ ਕੇ ਗਏ ਆ ਜੀ, 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਤੱਕ ਰੱਬ ਆਪ ਹੀ ਸੀ, ਉਹ ਜਿਹੜੇ ਸਵਾਸ ਵੀ ਆਪਣੇ ਚੱਲਦੇ ਉਹਦੇ ਹੁਕਮ ਨਾਲ ਚੱਲਦੇ, ਬਿਲਕੁਲ, 6ਵੇਂ ਪਾਤਸ਼ਾਹ ਨੇ ਢਾਡੀਆਂ ਦੀ ਜੜ ਰੱਖੀ, ਅਬਦੁੱਲਾ ਅਤੇ ਨੱਥਾ ਦੋ ਢਾਡੀ ਉਹਨਾਂ ਨੇ ਬੁਲਾਏ, ਪਹਿਲੀ ਵਾਰ ਪੜ੍ਹੀ, 2 ਤਲਵਾਰਾਂ ਪਹਿਨੀਆਂ, ਇੱਕ ਮੀਰ ਦੀ ਇੱਕ ਪੀਰ ਜੀ ਜੀ, 2 ਤਲਵਾਰ ਹਾਂਜੀ, ਉਹ ਜਿਹੜੀ ਪਹਿਲੀ ਵਾਰ ਉਹਨਾਂ ਨੇ ਗਾਈ ਉਹਨਾਂ ਨੇ ਐਸੀ, 6ਵੇਂ ਪਾਤਸ਼ਾਹ ਆਪ ਸਰਵ ਸ਼ਕਤੀਮਾਨ ਰੱਬ ਸੀ, ਉਹ ਕਦੇ ਦੂਰ ਹੋਣ ਦਿੰਦੇ ਹੀ ਨਹੀਂ ਦੁਨੀਆਂ ਨੂੰ, ਚਾਹੇ ਇੱਧਰ ਗਾਣੇ ਗੁਣੇ ਜੋ ਮਰਜ਼ੀ ਸੰਗੀਤ ਚੱਲਦਾ ਜੀ, ਲੇਕਿਨ ਉਹ ਢਾਡੀਆਂ ਦੀ ਗਿਣਤੀ ਘੱਟਣ ਨਹੀਂ ਦੇਣਗੇ, ਅੱਜ ਢਾਡੀਆਂ ਦੀ ਗਿਣਤੀ ਪੁਰਾਣੇ ਸਮੇਂ ਨਾਲੋਂ 20-30 ਸਾਲ ਨਾਲੋਂ 5 ਗੁਣਾ ਵੱਧ ਹੋ ਗਈ, ਵੱਧ ਗਈ, ਅਤੇ ਫਿਰ ਇਹਦਾ ਮਤਲਬ ਜੇ ਢਾਡੀ 5 ਗੁਣਾ ਵਧਣੇ ਤਾਂ ਤੁਹਾਡੀਆਂ ਸਰੰਗੀਆਂ ਦੀ ਵਿਕਰੀ ਵੀ ਕਈ ਗੁਣਾ ਵਧੀ ਹੋਵੇਗੀ, ਬਿਲਕੁਲ, ਲੋਕਡਾਊਨ ਦੇ ਵਿੱਚ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੀ, ਕੋਈ ਲੋਕ ਕੇ ਆਵੇ, ਕੋਈ ਸਵੇਰੇ ਆਵੇ, ਰਾਤ ਨੂੰ ਆਵੇ, ਸਾਡੇ ਕੋਲੋਂ ਸਾਜ਼ ਸਾਡਾ ਕੰਮ ਉਵੇਂ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ। ਜੀ ਜੀ ਜੀ, ਬੜੀ ਖੁਸ਼ੀ ਦੀ ਗੱਲ ਹੈ ਗਿਆਨੀ ਜੀ, ਇੱਕ ਗੱਲ ਹੋਰ ਵੀ ਵੇਖਣ ਵਿੱਚ ਆਈ ਹੈ ਕਿ ਵਿਦੇਸ਼ਾਂ ਵਿੱਚ ਤੁਸੀਂ ਵੀ, ਨਾਲ ਹੀ ਮੈਂ ਤੁਹਾਨੂੰ ਸਵਾਲ ਇਹ ਵੀ ਕਰਾਂਗਾ ਕਿ ਤੁਸੀਂ ਢਾਡੀ ਜੱਥੇ ਦੇ ਨਾਲ ਵੀ ਸੇਵਾਵਾਂ ਨਿਭਾਉਂਦੇ ਆਏ ਹੋ, ਬਿਲਕੁਲ, ਨਾਲੋਂ ਨਾਲ ਤੁਸੀਂ ਸਾਜ਼ ਵੀ ਤਿਆਰ ਕਰਦੇ ਹੋ, ਇਹ ਵੀ ਸੇਵਾ ਕਰ ਰਹੇ ਹੋ, ਅਤੇ ਨਾਲੋਂ ਨਾਲ ਤੁਸੀਂ ਸਿੱਖ ਸਟੇਜਾਂ 'ਤੇ ਵਿਚਰ ਕੇ ਆਪਣੀ ਸਰੰਗੀ ਦੇ ਨਾਲ ਜੱਥੇ ਵਿੱਚ ਵੀ ਸੇਵਾ ਨਿਭਾਉਂਦੇ ਹੋ, ਤੁਸੀਂ ਵੀ ਵਿਦੇਸ਼ਾਂ ਵਿੱਚ ਟੂਰ ਲਾਏ ਨੇ, ਉੱਥੇ ਵੀ ਵੇਖਣ ਵਿੱਚ ਆਇਆ ਕਿ ਜਿਹੜੇ ਉੱਥੋਂ ਦੇ ਜੰਪਲ ਬੱਚੇ ਨੇ
बहुत सारे बच्चे जिहड़े सरंगी बड़े प्यार नाल शौक नाल सीखते हैं तो बहुत सारे लोग उत्थे ढाडी जत्थियां पासों सरंगियां लै लैंदे ने कि साडे बच्चियां नूं सरंगी दी लोड़ है। ये भी एक बड़ी खुशी की गल है कि विदेशों में जम्मे पले ठीक है बच्चे इस कला वल रुचि रखते हैं। गुरु कृपा करे आपां नालों नाल गल करनी है तुहाडी ढाडी कला वल तुसीं किस तरह अज तक विचरे समा क्योंकि जे असीं प्रोग्राम करते हैं जत्थियां नाल जाने हैं तो उधर भी सानू समा देना पैंदा प्रोग्रामां लई ते नालों नाल इधर साज भी तैयार करने ने दोनों चीज़ां नूं तुसीं किवें बराबर रखते हो किवें बैलेंस बनाउंदे हो? उहदा बैलेंस इह है जी जी जिहड़े प्रोग्राम आ अपने मालवे की धरती उत्ते तकरीबन सर्दियों में ही बहुत ज़्यादा जी ज़्यादातर वो असी परिवार जॉइंट फैमिली इकट्ठे ही है और मेरा भतीजा 20 साल का मेकर जी बहुत तकड़ा डेकोरेशन मीनाकारी करनी है रूप देना उन्हें सारा उन्हें देना जी मैं उन्होंने सारा सिखा दिता जी और मैं कला भांडा ही तैयार करना जी और जो हफ्ते च मेरा एक प्रोग्राम आ या दो प्रोग्राम आ पाँच दिन च मैं भांडे तैयार कर देना दो जी जी एक मुंडे ने पॉलिश कर देना छोटे ने जी उन्हें उहदा काम उन्हें छड्ड जाना मेरा मेरा कल का प्रोग्राम आ नगर कीर्तन तैयार करना परसों मैं घर ही आप तारा पा जानी यह सोने तो सुहागे वाली गल है कि आने वाली तुहाडी पीढ़ी तुहाडे बेटे तुहाडे भतीजे उस इस कला नूं अगे वल लैके जा रहे हैं। बिल्कुल लैके जा गुरु कृपा करे असीं तुहाडी चढ़दी कला लई अरदास भी करते हैं कि तुहाडा परिवार इस तरह ढाडी जग की सेवा करता रहे। तो ज्ञानी जी तुसीं बतौर सरंगी वादक ढाडी जत्थे दे नाल किहड़े किहड़े जत्थे नाल सेवावां हुण तक कीतियां ने ते किहड़े किहड़े देशां दे तुसीं विच सिखी का प्रचार करने लई गए हो? ठीक है जी मैं इंग्लैंड ही दो बार गया जी जी एक 8 च मैनूं म्यूजियम च गोरियां ने बुलाया सी इत्थे 2006 च चंडीगढ़ आए सी उन्होंने एक इंग्लिश की किताब छपी सी जी थोड़ियां किताबां बणियां सी उन्होंने चंडीगढ़ किताब पढ़ ली उहदे विच कोई जिवें सोहण सिंह सीतल कोई पुराने बंदे आ कोई बुत घाड़ा किस अपना भी सीगा चलो उन्होंने पढ़ के इत्थे पहुँच कर ली अपने कोले जी इंग्लैंड तो नहीं चंडीगढ़ आए हुए इंग्लैंड तो इंग्लैंड तो गोरे वो जी नाल पंजाबी बंदा भी सी जी वो आके इत्थे सरंगियां देखियां बड़े खुश होए कि जिहड़ा म्यूजिकल इंस्ट्रूमेंट आ तुसीं बणाउंदे हो वी साडे म्यूजियम च आके बनाओ तो भी एक अद्धा असीं कहिंदे तुसीं बुला लो असीं आ जाएंगे महीना 20 दिन जी तो फिर 2008 च उन्होंने मैनूं बुलाया सीगा 3 सरंगियां भी लै गए सी नवीयां फिर विघन पैंदा जानी म्यूजियम साज सरंगी बनाई सिर्फ एक सरंगी इस तो ज्यादा साज नहीं मैं सरंगियां लैके तो मैं 5-6 गया सी जी एक मैं उन्होंने आए भी 1.5 घंटा रोज़ लाना वा 7 दिन सरंगी तैयार करनी है 1.5 घंटे रोज़ 7 दिन 10-11 घंटे बनते हैं जी एक दिहाड़ी ही बनती है जी लेकिन बंदा नहीं सरंगी बना सकता एक दिहाड़ी जी 1.5 घंटे बाद बंद कर देना काम उन्होंने स्टेज पर कैमरे लगे होंगे फिर मैं सरंगियां 6-7 लै गया इधरों एक लकड़ी लै गया सल की दिखाती 1.5 घंटे दूए दिन थोड़ी जी बनी अनकंप्लीट कोई उस तो होर ज्यादा फिर रंग हुई इस तरह फिल्म तैयार कर ली अखीर तक जी सारे जी ते फिर पूरी तैयार करके 7 दिन च दिखाती जी बस 7 दिन तो बाद मैं होर गुरुद्वारे सारे फिर तुर के रिश्तेदारों फिर 1 महीने बाद वापस आ गया जी फिर नो वर्किंग उन्होंने वीजे पर लिखे होंगे आप डिसिप्लिन च रहे जी उन्होंने मेरा सेवा पानी जत्थे जिन्ना करता अच्छा चंगी माया तो दी हाँ जी माया जत्थे कि जत्थियों हूँ तक सेवा मनवाइया ने पूरे अपने ढाडी सफर दौरान सब तो पहला जी 92 च रछपाल सिंह पमाल 3 साल लाए जी 3 साल मैं हाकम सिंह सिद्धमा नाल आए जी उस तो बाद 7 साल मैं मनवीर नाल आए जी 5 साल वो भरा नाल लाए जी फिर उस तो बाद साल कई याद भी नहीं थोड़े थोड़े प्रोग्राम निभाते रहे जी कोई 25-30 साल हो गए जत्थे नाल भी सेवा कर ली दे जिन्ना महाराज ने कला बख्शी है जी तो अज भी कर रहे हैं जी तो अच्छा ज्ञानी जी तुसी फिर जिथे तुहाडियां बनाईयां होईयां सरंगियां तो वखो वखरे साजी वजाउंदे ही ने तुसी जदों खुद भी अपना बनाया हुआ साज वजा के दिखाओगे तो मेरा ख्याल आ दर्शक इस नूं सुनने लई उतावले भी होणगे ढाडी कला की कोई पुरातन वनगी अपनी सरंगी ते वजा के सानू 2 मिंट लई जरूर सुनाओ। दर्शको आपां बहुत ही सत्कारयोग ज्ञानी प्रीतम सिंह जी बोपा राय पिंड बोपा राय कलां जिला लुधियाना दे नाल जुड़े हुए हैं ते जिहड़े आप खुद सरंगियां ते ढड्डां तैयार करदे ने ते इन्हां दे साज बड़े मकबूल ने सरंगी मास्टर ते ढाडी इन्हां दीआं ढड्डां ते सरंगियां नूं बेहद प्यार करदे ने ते इह तुहानूं आप भी अपना बनाया होया साज व
ਵਜਾ ਕੇ ਸੁਣਾ ਰਹੇ ਨੇ ਗਿਆਨੀ ਜੀ ਕੀ ਕਿਹੜੀ ਬੰਨਗੀ ਤੁਸੀਂ ਸੁਣਾਉਣ ਜਾ ਰਹੇ ਹੋ ਇਹ ਸਾਜ ਬਣਦਾ ਹੀ ਹੈ ਜੇ ਤਾਰਾਂ ਪੈ ਗਈਆਂ ਜੀ ਨਿਸ਼ਾਨ ਨਹੀਂ ਲੱਗੇ ਜਦੋਂ ਆਪਾਂ ਕਿਸੇ ਗਾਹਕ ਨੂੰ ਦੇਣਾ ਜੀ ਉਦੋਂ ਹੀ ਨਿਸ਼ਾਨ ਲਾ ਕੇ ਦੇਣਾ ਹਾਲੇ ਬਿਲਕੁਲ ਨਵਾਂ ਸਾਜ ਹੈ ਬਿਲਕੁਲ ਨਵੀਂ ਸਾਜ ਹੈ ਆਮ ਤੌਰ ਤੇ ਸ਼ਿਕਾਇਤ ਕੀਤੀ ਜਾਂਦੀ ਨਵਾਂ ਸਾਜ ਜਲਦੀ ਹੱਥ ਨਹੀਂ ਲੱਗਦਾ ਬਿਲਕੁਲ ਚਲੋ ਪਏ ਸੀ ਇਹੀ ਵਜਾ ਦਿੰਦੇ ਜੀ ਜੀ ਕੋਈ ਆਈਟਮ ਕੋਈ ਚੀਜ਼ ਕਿਹੜੀ ਚੀਜ਼ ਵਜਾ ਦੀ ਕੋਈ ਵੀ ਤੁਸੀਂ ਆ ਬੰਨਗੀ ਜਿਹੜੀ ਕਿਹੜੀ ਬੰਨਗੀ ਹੈ ਕੀ ਇਸ ਨੂੰ ਆਖਿਆ ਜਾਂਦਾ ਰਸਾਲੂ ਜੀ ਜੀ ਢਾਡੀ ਕਲਾ ਦੀ ਪੁਰਾਤਨ ਬੰਨਗੀ ਰਸਾਲੂ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਵਾਇਆ ਦੋਸਤੋ ਗਿਆਨੀ ਪ੍ਰੀਤਮ ਸਿੰਘ ਜੀ ਬੋਪਰ ਆਏ ਜਿਹੜੇ ਕੌਮ ਦੀ ਬੜੀ ਦੇਰ ਤੋਂ ਲਗਭਗ ਪਿਛਲੇ 30 ਸਾਲਾਂ ਤੋਂ 3 ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਨੇ ਕਾਮਨਾ ਕਰਦੇ ਹਾਂ ਗੁਰੂ ਚਰਨਾਂ ਵਿੱਚ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣਗੇ ਅਤੇ ਆਓ ਆਪਾਂ ਗਿਆਨੀ ਜੀ ਤੋਂ ਇਜਾਜ਼ਤ ਲੈਂਦੇ ਹਾਂ ਅਤੇ ਮੈਂ ਤੁਹਾਡੇ ਤੋਂ ਵੀ ਇਜਾਜ਼ਤ ਲਵਾਂਗਾ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਫਿਰ ਤੁਹਾਨੂੰ ਕਿਸੇ ਮਹਾਨ ਅਤੇ ਅਹਿਮ ਸ਼ਖਸੀਅਤ ਨਾਲ ਮਿਲਾਵਾਂਗੇ ਤਦ ਤੱਕ ਲਈ ਮੈਨੂੰ ਜਗਦੇਵ ਸਿੰਘ ਜਾਜਕ ਨੂੰ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।